ਅੱਜ ਰਾਤ 3 ਵਜੇ ਦੇ ਕਰੀਬ ਡਾਕਟਰ BR ਅੰਬੇਡਕਰ ਨਗਰ ਜੈਤੋ ਵਿੱਚ ਇੱਕ ਚੋਰ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ ਚਾਰ ਫੋਨ ਬਰਾਮਦ ਕੀਤੇ ਗਏ ਅਤੇ ਉਸ ਦੇ ਸਾਥੀਆਂ ਬਾਰੇ ਪੁੱਛਤਾਛ ਕੀਤੀ ਗਈ। ਉਸ ਦੁਆਰਾ ਇਹ ਦੱਸਿਆ ਗਿਆ ਕਿ ਉਸ ਦੇ 2 ਸਾਥੀ ਹੋਰ ਹਨ ਅਤੇ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਡਾਕਟਰ ਬਲਵਿੰਦਰ ਸਿੰਘ MC ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਪਾਲ ਉਰਫ ਡੂੰਗਰ, ਵਰਿੰਦਰ ਸਿੰਘ, ਗਗਨਦੀਪ ਸਿੰਘ ਗੋਨੀ ਅਤੇ ਰਵੀ ਨੇ ਚੋਰਾਂ ਨੂੰ ਕਾਬੂ ਕਰਨ ਦੇ ਵਿੱਚ ਬੜੀ ਹਿੰਮਤ ਕੀਤੀ ਅਤੇ ਇੱਕ ਚੋਰ ਉਹਨਾਂ 'ਚੋਂ ਕਾਬੂ ਕਰ ਲਿੱਤਾ ਗਿਆ। ਜੋ ਕਿ ਚੋਰ ਨੂੰ ਪੁੱਛਿਆ ਗਿਆ ਕਿ ਚੋਰੀ ਕਿਉਂ ਕੀਤੀ ਹੈ ਤਾਂ ਚੋਰ ਨੇ ਦੱਸਿਆ ਕਿ ਮੈਂ ਇਹ ਚੋਰੀ ਚਿੱਟਾ ਖਰੀਦਣ ਵਾਸਤੇ ਕੀਤੀ ਹੈ, ਜੋ ਕਿ ਮੈਂ ਮਜਬੂਰ ਸੀ, ਮੇਰੇ ਕੋਲ ਪੈਸੇ ਨਹੀਂ ਸੀ, ਇਸ ਕਰਕੇ ਮੈਂ ਚਿੱਟਾ ਖਰੀਦਣ ਵਾਸਤੇ ਜਿਹੜਾ ਕਿ ਇਹ ਚੋਰੀ ਕਰਨੀ ਪਈ। ਅੰਮ੍ਰਿਤਪਾਲ ਇਹਦਾ ਨਾਮ ਹੈ, ਅੰਬੇਦਕਰ ਨਗਰ ਦੇ ਵਿੱਚੋਂ ਇਹਨੇ ਆਹ ਫੋਨ, ਆਹ ਤੁਸੀਂ ਦੇਖ ਸਕਦੇ ਹੋ, 4-5 ਫੋਨ ਆ ਜਿਹੜੇ ਅੱਜ ਹੀ ਰਾਤ ਨੂੰ ਇਹਨੇ ਇੱਥੋਂ ਨਾਲ ਘਰ ਹੈਗਾ ਉੱਥੋਂ ਚੋਰੀ ਕੀਤੇ। ਚੋਰੀ ਕਾਹਦੇ ਲਈ ਕਰਦਾ? ਨਸ਼ੇ ਮਾਰੇ ਕਰਦੇ। ਕਾਹਦਾ ਨਸ਼ਾ ਕਰਦਾ? ਟੀਕੇ ਦਾ ਨਸ਼ਾ ਕਹਿੰਦਾ ਮੈਂ ਕਰਦਾ, ਚਿੱਟੇ ਦਾ ਨਸ਼ਾ ਕਰਦੇ ਆ ਜੀ ਇਹ। ਤੇ ਸਾਡੇ, ਮੈਂ ਅੰਬੇਦਕਰ ਨਗਰ ਦੀ ਗੱਲ ਕਰਾਂ ਤਾਂ ਪਿਛਲੇ ਕਰੀਬ 1-1.5 ਮਹੀਨੇ ਚ 8-10 ਘਰਾਂ ਦੇ ਵਿੱਚੋਂ ਫੋਨ ਰਾਤ ਨੂੰ ਚੱਕੇ ਗਏ ਤੇ ਇੰਨਾ ਕੁ ਸਮਾਰਟ ਵਰਕ ਕਰਦੇ ਆ ਇਹ, ਨਾ ਤਾਂ ਕੋਈ ਕੁੰਡਾ ਖੜਕਦਾ, ਨਾ ਕੋਈ ਅਲਮਾਰੀ ਤੋੜਦੇ ਆ। ਫੋਨ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਣੇ ਸਰਾਣਿਆਂ ਦੇ ਥੱਲੇ ਪਏ ਹੁੰਦੇ ਆ ਤੇ ਸਰਾਣੇ ਦਾ ਕੋਈ ਖੜਕਾ ਨਹੀਂ ਹੁੰਦਾ, ਕਾਟਨ ਦਾ ਹੁੰਦਾ ਹਨਾ, ਸਰਾਣਾ ਚੱਕਦੇ ਆ, ਸਰਾਣੇ ਥੱਲੋਂ ਫੋਨ ਚੱਕ ਕੇ ਫੁਰ। ਤੇ ਇਹ ਤਾਂ ਮੈਂ ਇਹਨਾਂ ਨੌਜਵਾਨਾਂ ਦਾ ਖਾਸ ਕਰਕੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਅੱਧੀ ਰਾਤ ਨੂੰ ਵਿਚਾਰੇ ਗਏ ਤੇ ਇਹਨਾਂ ਨੇ ਇਹਨੂੰ ਫੜ ਕੇ ਲਿਆਂਦਾ, ਠੀਕ ਹੈ ਜੀ। ਤਾਂ ਮੈਂ ਹੁਣ ਇਸ ਟਾਈਮ ਇਹਦੇ, ਅਸੀਂ ਬਲਿਆ ਤੈਨੂੰ ਮਾਰਿਆ ਕੁੱਟਿਆ ਤਾਂ ਨੀ ਅਸੀਂ, ਬੋਲ ਹੈ, ਤੇਰੇ ਮਾਰਿਆ ਕੁੱਟਿਆ ਤਾਂ ਨੀ ਨਾ ਕਿਸੇ ਨੇ। ਤਾਂ ਮੈਂ ਮੌਜੂਦਾ MC ਹੋਣ ਦੇ ਨਾਤੇ ਇਸੇ ਟਾਈਮ ਥਾਣੇ ਫੋਨ ਕਰਨ ਲੱਗਿਆ ਜੀ, ਤਾਂ ਜੋ ਥਾਣੇ ਵਾਲਿਆਂ ਨੂੰ ਇਹਨੂੰ ਅਸੀਂ ਫੜਾ ਕੇ ਤੇ ਜਿਹੜੇ 8-10 ਘਰਾਂ ਦੇ ਵਿੱਚ ਸਾਡੇ ਅੰਬੇਦਕਰ ਨਗਰ ਦੇ ਵਿੱਚ ਜੇ ਗੱਲ ਕਰਾਂ, ਸ਼ਹਿਰ ਦੇ ਵਿੱਚੋਂ ਮੈਨੂੰ ਨੀ ਪਤਾ ਕਿੰਨੀਆਂ ਚੋਰੀਆਂ ਕੀਤੀਆਂ ਹੋਣਗੀਆਂ ਨੇ, ਕੱਲੇ ਅੰਬੇਦਕਰ ਨਗਰ ਦੀ ਗੱਲ ਕਰੀਏ ਤਾਂ ਘੱਟੋ ਘੱਟ 10 ਕਿ 12 ਘਰਾਂ ਦੇ ਵਿੱਚੋਂ ਫੋਨ ਚੋਰੀ ਕੀਤੇ ਸੀ ਇਹਨਾਂ ਨੇ। ਕੈਮਰਾਮੈਨ ਜਤਿੰਦਰ ਮਿੱਤਲ ਦੇ ਨਾਲ ਹੁਕਮ ਚੰਦ, ਜੈਤੋ।